ਰੈਨਡ ਥ्रू ਆ ਮੈਟੈਲਿਕ ਕੰਡਕਟਰ ਕੋਈ ਵੀ ਆਪਣੇ ਕੋਲੇ ਕੰਡਕਟਰ ਹੈ ਜਦੋਂ ਉਸ ਨੂੰ ਆਪਾਂ ਪਲੇਸ ਕੀਤਾ ਇਲੈਕਟ੍ਰਿਕ ਫੀਲਡ ਦੇ ਵਿੱਚ ਦੈਨ ਉਸ ਦੇ ਜਿਹੜੇ ਚਾਰਜ ਕੈਰੀਅਰਸ ਆ ਉਹ ਮੂਵ ਕਰਨ ਲੱਗ ਜਾਣਗੇ ਫ੍ਰੀ ਇਲੈਕਟ੍ਰੋਨ ਹੈਗੇ ਆ ਜਿਹੜੇ ਚਾਰਜ ਕੈਰੀਅਰਸ ਕੰਡਕਟਰ ਦੇ ਵਿੱਚ ਉਹਨਾਂ ਨੇ ਕੀ ਕਰਨਾ ਹੈ ਮੂਵ ਕਰਨਾ ਨੈਗੇਟਿਵ ਚਾਰਜ ਕੈਰੀਅਰਸ ਹੈ ਜਿਹੜੇ ਇਲੈਕਟ੍ਰੋਨ ਉਹ ਇੱਕ ਸਾਈਡ ਵੱਲ ਆ ਜਾਣਗੇ ਆਪਣੇ ਕੋਲੇ ਤੇ ਜਿਹੜੇ ਪੋਜ਼ਿਟਿਵ ਹੋਲਸ ਆ ਉਹ ਇੱਕ ਸਾਈਡ ਵੱਲ ਆ ਜਾਣਗੇ ਦੈਟ ਮੀਨਸ ਇੱਕ ਸਾਈਡ ਤੇ ਆਪਣੇ ਕੋਲੇ ਹਾਈ ਪੋਟੈਂਸ਼ੀਅਲ ਹੋ ਗਿਆ ਇੱਕ ਸਾਈਡ ਤੇ ਆਪਣੇ ਕੋਲੇ ਕੀ ਹੈ ਲੋ ਪੋਟੈਂਸ਼ੀਅਲ ਹੈ ਹੁਣ ਇਧਰ ਵਾਲੀ ਸਾਈਡ 네ਗੇਟਿਵ ਹੈ ਇਧਰ ਵਾਲੀ ਸਾਈਡ ਪੋਜ਼ਿਟਿਵ ਹੈ ਤਾਂ ਇਸ ਦੇ ਇਨਸਾਈਡ ਵੀ ਇੱਕ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਜੇਗਾ ਜਿਸ ਨੂੰ ਆਪਾਂ ਕੀ ਕਹਾਂਗੇ ਇੰਡਿਊਸਡ ਇਲੈਕਟ੍ਰਿਕ ਫੀਲਡ which is denoted by E vector I ਇੱਕ ਆਪਾਂ ਬਾਹਰੋਂ ਅਪਲਾਈ ਕਰ ਰਹੇ ਹਾਂ ਇਲੈਕਟ੍ਰਿਕ ਫੀਲਡ ਉਸ ਨੂੰ ਰਿਪਰੈਜ਼ੈਂਟ ਕੀਤਾ ਆਪਾਂ E not E E vector ਦੇ ਨਾਲ ਅਗਰ ਆਪਣੇ ਕੋਲੇ ਜਿਹੜਾ ਆਹ ਵਾਲੇ ਜਿਹੜੇ ਚਾਰਜ ਚਾਰਜ ਕੈਰੀਅਰਸ ਆ ਉਹਨਾਂ ਦਾ ਫਲੋ ਜਿਵੇਂ 네ਗੇਟਿਵ ਇੱਕ ਵਾਲੀ ਸਾਈਡ ਹੋ ਰਹੀ ਹੈ 네ਗੇਟਿਵ ਚਾਰਜ ਕਰੀਏ ਪੋਜ਼ਿਟਿਵ ਇੱਕ ਸਾਈਡ ਵੱਲ ਹੋ ਰਹੀ ਹੈ ਇੱਕ ਕਦੋਂ ਰੁਕੇਗਾ ਇਹ ਫਲੋ ਕਦੋਂ ਬੰਦ ਹੋ ਜਾਏਗਾ ਜਦੋਂ ਆਪਣੇ ਕੋਲੇ ਜਿਹੜਾ ਇਨਸਾਈਡ ਇੰਟਰਨਲ ਇਲੈਕਟ੍ਰਿਕ ਫੀਲਡ ਤੇ ਐਕਸਟਰਨਲ ਇਲੈਕਟ੍ਰਿਕ ਫੀਲਡ ਉਸ ਦੀ ਵੈਲਿਊ ਕਿਸ ਦੇ ਇਕੁਅਲ ਹੈ ਦੋਨਾਂ ਦੀ ਇਕੁਅਲ ਹੈ ਦੈਨ ਇਹ ਵਾਲਾ ਫਲੋ ਆਪਣੇ ਕੋਲੇ ਕੀ ਹੈ ਰੁਕ ਜਾਏਗਾ ਅਗਰ ਫੇਰ ਆਪਣੇ ਕੋਲੇ ਇਹ ਵਾਲੇ ਕੰਡਕਟਰ ਨੂੰ ਆਪਾਂ ਕਿਸੇ ਵੀ ਸੈੱਲ ਦੇ ਨਾਲ ਕਨੈਕਟ ਕਰ ਦਾਂਗੇ ਦੈਨ ਕੋਈ ਵੀ ਅਕਮੂਲੇਸ਼ਨ ਨਹੀਂ ਹੋਏਗੀ ਚਾਰਜ ਦੀ 댓 ਮੀਨਸ ਪੂਰੀ ਕੰਡਕਟਰ ਦੇ ਵਿੱਚੋਂ ਜਿਹੜਾ ਕਰੰਟ ਹੈ ਉਹ ਹਰ ਇੱਕ ਜਗ੍ਹਾ ਦੇ ਉੱਪਰ ਕੀ ਹੈ ਸੇਮ ਰਹੇਗਾ ਹੁਣ ਜਿਹੜਾ ਮੈਗਨੀਟਿਊਡ ਹੈਗਾ ਕਰੰਟ ਦਾ ਹੀ ਡਿਪੈਂਡ ਕਰ ਰਿਹਾ ਜਿੰਨੀ ਆਪਣੇ ਕੋਲੇ ਫੋਰਸ ਐਗਜ਼ਰਟ ਕਰ ਰਿਹਾ ਇਲੈਕਟ੍ਰਿਕ ਫੀਲਡ ਔਨ ਦਾ ਇਲੈਕਟ੍ਰੋਨ ਇਲੈਕਟ੍ਰੋਨ ਦੇ ਉੱਪਰ ਕਿੰਨੀ ਫੋਰਸ ਲੱਗ ਰਹੀ ਹੈ ਬਾਏ ਇਲੈਕਟ੍ਰਿਕ ਫੀਲਡ ਉਸ ਦੇ ਉੱਪਰ ਡਿਪੈਂਡ ਕਰਦਾ ਹੈ ਕਰੰਟ ਦਾ ਮੈਗਨੀਟਿਊਡ ਤੇ ਸੈਕਿੰਡ ਫੈਕਟਰ ਆਪਣੇ ਕੋਲੇ ਹੈਗਾ ਨੇਚਰ ਆਫ ਦਾ ਕੰਡਕਟਰ ਕੰਡਕਟ ਦਾ ਨੇਚਰ ਕਿਵੇਂ ਦਾ ਹੈ ਹੁਣ ਜਦੋਂ ਇਲੈਕਟ੍ਰਿਕ ਫੀਲਡ ਐਕਸਲਰੇਟ ਕਰੇਗਾ ਈਚ ਆਫ ਦਾ ਫਰੀ ਇਲੈਕਟਰ ਨੂੰ ਦੈਨ ਆਪਣੇ ਕੋਲੇ ਕੋਲੀਜ਼ਨ ਹੋਣਗੀਆਂ ਠੀਕ ਹੈ ਕੋਲੀਜ਼ਨ ਦੇਅਰ ਫ੍ਰੀਕੁਐਂਟ ਕੋਲੀਜ਼ਨ ਦੇਅਰ ਮੋਸ਼ਨ ਇਜ਼ ਰਿਟਾਰਡਡ ਕਿਸੇ ਵੀ ਟਾਈਮ ਦੇ ਉੱਪਰ ਅਗਰ ਆਪਣੇ ਕੋਲੇ ਉਹ ਵੈਲੋਸਿਟੀ ਐਕਵਾਇਰ ਕਰ ਲੈਣਗੇ ਉਹ ਵੈਲੋਸਿਟੀ ਨੂੰ ਆਪਾਂ ਕਹਾਂਗੇ ਐਵਰੇਜ ਵੈਲੋਸਿਟੀ ਜਾਂ ਫਿਰ ਇਸ ਨੂੰ ਹੋਰ ਟਰਮ ਦਾ ਇੱਕ ਹੋਰ ਨਾਮ ਦੇ ਸਕਦੇ ਹਾਂ ਡ੍ਰਿਫਟ ਵੈਲੋਸਿਟੀ ਉਸ ਤੋਂ ਨੈਕਸਟ ਹੈਗੇ ਆ ਓਮਸ ਲਾ ਓਮਸ ਲਾ ਦੇ ਅਕੋਰਡਿੰਗ ਆਪਣੇ ਕੋਲੇ ਕੀ ਹੈ ਸਪੋਜ਼ ਟਿਕੜੇ ਕੋਲ ਕੋਈ ਵੀ ਕੰਡਕਟਰ ਹੈ ਕੰਡਕਟਰ ਦੇ ਜਿਹੜੇ ਦੋ ਐਂਡਸ ਹੈ ਕੰਡਕਟਰ ਦੇ ਐਂਡਸ ਦੇ ਵਿਚਕਾਰ ਸੋ ਸਪੋਜ਼ ਪੋਟੈਂਸ਼ੀਅਲ ਡਿਫਰੈਂਸ ਹੈਗਾ ਵੀ ਉਹ ਵਾਲਾ ਪੋਟੈਂਸ਼ੀਅਲ ਡਿਫਰੈਂਸ ਕਿਸ ਦੇ ਡਾਇਰੈਕਟਲੀ ਪ੍ਰੋਪੋਰਸ਼ਨ ਹੈਗਾ ਜਿੰਨਾ ਉਸ ਦੇ ਵਿੱਚੋਂ ਕਰੰਟ ਪਾਸ ਕਰ ਰਿਹਾ ਤਾਂ ਓਮਜ਼ ਲਾਅ ਕੀ ਹੈ ਮੈਥਮੈਟਿਕਲੀ ਆਪਾਂ ਕਿਵੇਂ ਲਿਖਾਂਗੇ ਵੀ ਵੀ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਆਈ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾ ਕੇ ਆਪਾਂ ਲਗਾਉਣਾ ਵੀ ਆਈ ਐਂਡ ਆਰ ਇਜ਼ ਅ ਕਨਸਟੈਂਟ ਜਾਇ ਇਸ ਨੂੰ ਆਪਾਂ ਕਹਾਂਗੇ ਰੈਜ਼ਿਸਟੈਂਸ ਰੈਜ਼ਿਸਟੈਂਸ ਡਿਪੈਂਡ ਕਰ ਰਿਹਾ ਕੰਡਕਟਰ ਦੀ ਲੈਂਥ ਕਿ ਤੇ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਹੈ ਕੰਡਕਟਰ ਦਾ ਤਾਂ ਆਰ ਨੂੰ ਆਪਾਂ ਕੀ ਲਿਖ ਸਕਦੇ ਆਰ ਇਸ ਇਕਵਲ ਟੂ ਰੋ ਐਸ ਐਲ ਅਪਨ ਏ ਰੋ ਐਸ ਕੀ ਹੈ ਰਜਿਸਟਿਵਿਟੀ ਆਫ ਦਾ ਮਟੀਰੀਅਲ ਦਾ ਕੰਡਕਟਰ ਦਾ ਜਿਹੜਾ ਮਟੀਰੀਅਲ ਉਸ ਦੀ ਰਜਿਸਟਿਵਿਟੀ ਕਿੰਨੀ ਹੈ ਤੇ ਐਲ ਹੈਗਾ ਆਪਣੇ ਕੋਲੇ ਕੰਡਕਟਰ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ ਉਸ ਦੀ ਲੈਂਥ ਏ ਹੈਗਾ ਏਰੀਆ ਆਫ ਕ੍ਰੋਸ ਸੈਕਸ਼ਨ ਰਜਿਸਟੈਂਸ ਹੈਗਾ ਉਸ ਦਾ ਯੂਨਿਟ ਆਪਣੇ ਕੋਲੇ ਹੈਗਾ ਓਮ ਜਿਸ ਨੂੰ ਆਪਾਂ ਡਿਨੋਟ ਕਰ ਰਹੇ ਆ ਇਹ ਵਾਲੇ ਸਾਈਨ ਦੇ ਨਾਲ ਤੇ ਅਗਰ ਆਪਾਂ 1 ਓਮ ਨੂੰ ਡਿਫਾਈਨ ਕਰਾਂਗੇ ਠੀਕ ਹੈ 1 ਓਮ ਨੂੰ ਆਪਾਂ ਡਿਫਾਈਨ ਕਰਨਾ ਚਾਹੁੰਦੇ ਤਾਂ ਆਪਣੇ ਕੋਲੇ ਕੀ ਬਣ ਜਾਏਗਾ ਜਦੋਂ ਇੱਕ ਜਿਹੜਾ ਵੋਲਟ 1 ਵੋਲਟ ਪੋਟੈਂਸ਼ੀਅਲ ਡਿਫਰੈਂਸ ਆਪਾਂ ਅਪਲਾਈ ਕੀਤਾ ਤੇ ਆਪਣੇ ਕੋਲੇ ਕਰੰਟ ਕਿੰਨਾ ਫਲੋ ਕਰ ਰਿਹਾ 1 ਐਂਪੀਅਰ ਉਹ ਹੈਗਾ ਆਪਣੇ ਕੋਲੇ 1 ਓਮ ਦੀ ਡੈਫੀਨੇਸ਼ਨ ਰਜਿਸਟ ਯੂਨਿਟ ਆਫ ਰਜਿਸਟਿਵਿਟੀ ਰਜਿਸਟਿਵਿਟੀ ਕੀ ਹੈ ਰੋਸ ਠੀਕ ਹੈ ਹੁਣ R ਕੀ ਹੈਗਾ ਰੋਸ 1 a ਅਗਰ l a L ਦੀ ਆਪਣੇ ਕੋਲੇ ਕੀ ਹੈ ਮੀਟਰ ਦੇ ਵਿੱਚ ਹੈ A ਆਪਣੇ ਕੋਲ ਏਰੀਆ ਸਕੁਅਰ ਮੀਟਰ ਦੇ ਵਿੱਚ ਬਣ ਜੇਗਾ ਤਾਂ ਓਨਲੀ نیچے ਕੀ ਰਹੇਗਾ ਮੀਟਰ ਰਹੇਗਾ ਤੇ ਇਧਰ ਆਪਣੇ ਕੋਲੇ ਕੀ ਹੈ ਓਮ ਤਾਂ ਇਹ ਇਸ ਯੂਨਿਟ ਬਣ ਜਾਣਗੇ ਓਮ ਮੀਟਰ ਰਿਸਿਸਟਿਵਿਟੀ ਦੇ ਯੂਨਿਟ ਹੈ ਕੰਡਕਟੈਂਸ ਜਿਹੜਾ ਭਾ ਰਿਸਿਸਟੈਂਸ ਯੂਜ਼ ਕੀਤਾ ਸੀ R ਅਗਰ ਉਸ ਦੀ ਆਪਾਂ ਕੀ ਹੈ ਰੈਸੀਪਰੋਕਲ ਕਰ ਦਾਂਗੇ 1 R ਕਰ ਦਾਂਗੇ ਉਸ ਨੂੰ ਤਾਂ ਉਹ ਕੀ ਬਣ ਜੇਗਾ ਆਪਣੇ ਕੋਲੇ ਕੰਡਕਟੈਂਸ which is denoted by capital G ਤੇ ਇਸ ਦੇ ਜਿਹੜੇ ਯੂਨਿਟ ਆ ਉਹ ਕੀ ਹੈਗੇ ਆ ਰੈਜ਼ਿਸਟੈਂਸ ਦੇ ਯੂਨਿਟ ਆਪਣੇ ਕੋਲ ਓਹਮ ਹੈ ਇਸ ਨੂੰ ਆਪਾਂ ਓਹਮ ਇਨਵਰਸ ਵੀ ਲਿਖ ਸਕਦੇ ਹਾਂ ਜਾਂ ਆਪਾਂ ਲਿਖਾਂਗੇ ਸਾਈਮਨ ਵਿਚ ਇਸ ਜਨਰੇਟਰ ਬਾਈ ਕੈਪੀਟਲ ਐਸ ਨੈਕਸਟ ਹੈਗਾ ਕੰਡਕਟਿਵਿਟੀ ਰੈਜ਼ਿਸਟਿਵਿਟੀ ਸਟੱਡੀ ਕੀਤੀ ਸੀ ਆਪਾਂ ਰੋ ਐਸ ਅਗਰ ਇਸ ਦਾ ਰੈਸਿਪ੍ਰੋਕਲ ਕਰ ਦਾਂਗੇ ਦੈਨ ਆਪਣੇ ਕੋਲ ਕੀ ਆ ਜਾਏਗੀ ਕੰਡਕਟਿਵਿਟੀ ਠੀਕ ਹੈ ਇਸ ਦੇ ਜਿਹੜੇ ਯੂਨਿਟ ਹੈ ਉਹ ਕੀ ਹੈ ਇਸ ਦੇ ਯੂਨਿਟ ਜਾਂ ਤਾਂ ਸਾਈਮਨ ਪਰ ਮੀਟਰ ਲਿਖ ਸਕਦੇ ਆਪਾਂ ਜਾਂ ਆਪਣੇ ਕੋਲ ਹੋਰ ਵੇ ਵੀ ਹੈਗਾ ਆਪਾਂ ਇਸ ਨੂੰ ਲਿਖ ਸਕਦੇ ਆ ਓਹਮ ਓਹ ਮੀਨ ਇਨਵਰਸ ਤੇ ਮੀਟਰ ਇਨਵਰਸ ਨੈਕਸਟ ਹੈਗਾ ਰਿਲੇਸ਼ਨ ਬੀਟਵੀਨ ਕਰੰਟ ਡੈਂਸਿਟੀ ਕੈਪੀਟਲ ਜੇ ਵੈਕਟਰ ਐਂਡ ਕੰਡਕਟਿਵਿਟੀ ਸਿਗਮਾ ਹੁਣ ਆਪਣੇ ਕੋਲ ਜਿਹੜਾ ਪੋਟੈਂਸ਼ੀਅਲ ਹੈਗਾ ਵੀ ਪੋਟੈਂਸ਼ੀਅਲ ਉਹ ਕਿਸ ਦੇ ਉੱਪਰ ਹੈ ਇ ਇੰਟੂ ਐਲ ਦੇ ਵੀ ਕਿਸ ਦੇ ਉੱਪਰ ਲੌਮਜ਼ ਲਾ ਅਕੋਰਡਿੰਗ ਆਈ ਆਰ ਦੇ ਤਾਂ ਆਈ ਆਰ ਇਸ ਇਕੁਅਲ ਟੂ ਇ ਐਲ ਬਣ ਗਿਆ ਆਪਣੇ ਕੋਲੇ ਹੁਣ ਆਈ ਆਪਾਂ ਕੀਤਾ ਸੀ ਕਰੰਟ ਉਹ ਕਿਸ ਦੇ ਉੱਪਰ ਹੈ ਜੇ ਡਾਟ ਏ ਦੇ ਅਗਰ ਇਹ ਜਿਹੜੀ ਕਰੰਟ ਡੈਂਸਿਟੀ ਹੈ ਠੀਕ ਹੈ ਤੇ ਆਪਣੇ ਕੋਲ ਜਿਹੜਾ ਕ੍ਰਾਸ ਸੈਕਸ਼ਨ ਏਰੀਆ ਉਸ ਦੀ ਜਿਹੜੀ ਆਪਾਂ ਡਾਇਰੈਕਸ਼ਨ ਹੈ ਉਹ ਕੀ ਹੈ ਸੇਮ ਹੈ ਤਾਂ ਇਸ ਨੂੰ ਆਪਾਂ ਵੈਕਟਰ ਫਾਰਮ ਦੇ ਵਿੱਚ ਲਿਖਿਆ ਇਸ ਨੂੰ ਆਪਾਂ ਸਿੰਪਲ ਫਾਰਮ ਵਿੱਚ ਲਿਖ ਸਕਦੇ ਹਾਂ i j a r ਕਿਹਦੇ ਇਕੁਅਲ ਹੈ ro s ro s l a ਦੇ ਇਹ ਵਾਲੀ ਇਕੁਏਸ਼ਨ ਦੇ ਵਿੱਚ ਸਾਰੀ ਵੈਲਿਊ ਆਪਾਂ ਪੁੱਟ ਕਰ ਦਾਂਗੇ i ਦੀ ਵੈਲਿਊ ਪੁੱਟ ਕਰਾਂਗੇ j a r ਦੀ ਪੁੱਟ ਕਰ ਦਾਂਗੇ ro s l a ਤੇ e l ਐਜ਼ ਇਟ ਇਜ਼ ਹੁਣ ਤੁਹਾਡੇ ਕੋਲੇ ਕੀ ਹੈ ਇਹਦੇ ਨਾਲ ਇਹ ਕੈਨਸਲ ਤਾਂ ਕੀ ਬਣ ਜਾਏਗਾ ਜੇ ਰੋ ਐਸ ਐਲ ਰੋ ਐਸ ਐਲ ਦੇ ਨਾਲ ਐਲ ਕੈਨਸਲ ਇਸ ਇਕਵਲ ਟੂ ਈ ਤਾਂ ਜੇ ਅਪਨ ਰੋ ਐਸ ਕੀ ਬਣ ਜਾਏਗਾ ਕਨਡਕਟਿਵਿਟੀ ਠੀਕ ਹੈ ਕਨੈਕਟਿਵਿਟੀ ਲਿਖ ਸਕਦੇ ਆਪਾਂ ਜੇ ਅਪਨ 시ਗਮਾ ਇਸ ਇਕਵਲ ਟੂ ਈ ਦੈਟ ਮੀਨ ਜੇ ਇਸ ਇਕਵਲ ਟੂ ਕਿਸ ਦੇ ਹੈ 시그마 ਈ ਦੇ ਹੈ ਅਗਰ ਇਸੇ ਨੂੰ ਆਪਾਂ ਕੀ ਹੈ ਵੈਕਟਰ ਫਾਰਮ ਦੇ ਵਿੱਚ रिप्रजेंट करना तो अपने को बैक्टर फॉर्म च की बन जाएगा जे बैक्टर इज इक्व टू सिगमा इन टू ई ई बैक्टर ये को मैक्रोस्कोपिक फॉर्म हैगी ओम्स लॉ की अगर कर इलैक्ट्रिक कंडक्टिविटी है उसको आपिफाइन करा कि बन जाएगी करंट डेंसिटी पर यूनिट इलैक्ट्रिक फील्ड सिगमा डिफाइन किमें कर सकते हैं जे अपॉन ई करंट डेंसिटी पर यूनिट इलैक्ट्रिक फील्ड इनडेंसटी नैक्सट है डेरीवेशन ऑफ ओम्स लॉ फ्रॉम जे इज इक्व टू सिगमा ई माइक्रोस्कोपिक फॉर्म ਤੋਂ ਆਪਾਂ ਕੀ ਹੈ ਡੈਰੀਵੇਸ਼ਨ ਕਰਨੀ ਹੈ ਓਮਜ਼ ਲਾ ਦੀ ਹੁਣ ਜੇ ਆਪਣੇ ਕੋਲ ਕੀ ਇਸ ਦੇ ਇਕੁਅਲ ਹੈ sigma e ਦੇ ਅਦਰ ਇਲੈਕਟ੍ਰਿਕ ਫੀਲਡ ਇਜ਼ ਅ ਨੈਗੇਟਿਵ ਆਫ ਦਾ ਗ੍ਰੇਡੀਐਂਟ ਆਫ ਪੋਟੈਂਸ਼ੀਅਲ ਇਲੈਕਟ੍ਰਿਕ ਫੀਲਡ ਕੀ ਇਸ ਦੇ ਇਕੁਅਲ ਆਪਣੇ ਕੋਲ ਨੈਗੇਟਿਵ ਆਫ ਗ੍ਰੇਡੀਐਂਟ ਆਫ ਪੋਟੈਂਸ਼ੀਅਲ ਮਤਲਬ e -dv dl v ਕੀ ਹੈ ਪੋਟੈਂਸ਼ੀਅਲ ਹੈ ਐਂਡ l ਇਜ਼ ਅ ਲੈਂਥ ਆਫ ਦਾ ਕੰਡਕਟਰ ਹੁਣ ਜੇ ਆਪਣੇ ਕੋਲ ਕੀ ਇਸ ਇਕੁਅਲ ਹੈ i a ਦੇ ठीक है जे अपने को आई अपॉन ए दे है पहला आप यूज़ किया आई रिक्वस टू जे ए हूँ आप यूज किया है जे वैल्यू कैलकुलेट कर ली आई अपॉन ए जे अपने को e सिगमा इन टू ई ई दी है जे दैल्यू पुट कर देंगे सिगमा एज एट ईज ई वैल्यू पुट करा माइनस डी वीअपॉन डी एल तो आई किस दे आ जाएगा माइनस सिगमा ए इधर मल्टीप्लाई आ जाएगा अपने माइनस सिगमा ए डी वीपॉन डी एल दैट मीनस आई डी एल ਆਈਡੀਅਲ ਕਿਸੇਕਲਾ ਮਾਈਨਸ sigma a dv ਦੇ ਅਗਰ ਆਪਾਂ ਕੀ ਹੈ ਇੱਕ ਕੰਡਕਟਰ ਲੈ ਕੇ ਚੱਲੀਏ ਜਿਸ ਦੇ ਜਿਹੜੇ ਦੋਨੇ ਐਂਡਸ ਆ ਫਸਟ ਐਂਡ ਤੇ ਆਪਣਾ ਪੋਟੈਂਸ਼ੀਅਲ ਹੈਗਾ v1 ਸਪੋਜ਼ ਸੈਕਿੰਡ ਦੇ ਉੱਪਰ ਆਪਣਾ ਵੀਡੀਓ ਪੋਟੈਂਸ਼ੀਅਲ ਹੈ ਇਸ ਦੀ ਲੈਂਥ ਆਪਣੇ ਕੋਲੇ ਕਿੰਨੀ ਹੈਗੀ ਐਲ ਤਾਂ ਆਈਡੀਅਲ ਨੂੰ ਆਪਾਂ ਕਿਵੇਂ ਇਸ ਹੋਲ ਜਿਹੜਾ ਕੰਡਕਟਰ ਹੈ ਉਸ ਦੇ ਲਈ ਆਪਾਂ ਕੈਲਕੂਲੇਟ ਕਰਾਂਗੇ ਤਾਂ ਆਪਾਂ ਇੰਟੀਗ੍ਰੇਸ਼ਨ ਕਰਾਂਗੇ ਇਹ ਵਾਲੀ ਦੀ ਠੀਕ ਹੈ ਇਹ ਵਾਲੀ ਇਕੁਏਸ਼ਨ ਦੇ ਇੰਟੀਗ੍ਰੇਟ ਕਰਾਂਗੇ ਤਾਂ ਕੀ ਬਣ ਜਾਗਾ जीरो टू एल इंटीग्रेशन ऑफ आई इज इक्व टू वी वन टू बी टू इंटीग्रेष माइनस सिगमा ए इंटू डी वी डी एल द इंटीग्रेस एल लिमिट्स पुट करा एल माइनस जीरो तो की बन जाएगा आई एल इज इक्स टू माइनस सिगमा ए डी वी इंटीग्रेशन वी लिमिट्स पुट करा वी टू माइनस वी वन बट एक माइनस अपने को जो आप माइनस अंदर मल्टीप्लाई करा तो अपने को बन जाएगा बी वन माइनस बी टू हूँ वी वन से वी टू दोनों एंडस से ਪੋਟੈਂਸ਼ੀਅਲ ਦੀ ਵੈਲਿਊ ਆ ਉਹਨਾਂ ਦਾ ਜਿਹੜਾ ਡਿਫਰੈਂਸ ਆ ਉਸ ਨੂੰ ਆਪਾਂ ਕੀ ਲਿਖ ਸਕਦੇ ਆ ਕੈਪੀਟਲ ਵੀ ਤਾਂ ਆਈ ਐਲ ਕਿਸ ਇਕੁਅਲ ਹੈ 시ਗਮਾ a ਇੰਟੂ ਵੀ ਦੇ ਵੀ ਦੀ ਵੈਲਿਊ ਕੈਲਕੂਲੇਟ ਕਰਾਂਗੇ ਉਹ ਬਣ ਜੇਗੀ ਤੁਹਾਡੇ ਕੋਲੇ ਐਲ ਆਈ ਅਪੌਨ 시ਗਮਾ a 1 ਆਪਾਂ ਲ ਅਪੌਨ 시ਗਮਾ a ਨੂੰ ਆਪਾਂ ਲਿਖ ਸਕਦੇ ਆ ਰੈਜ਼ਿਸਟੈਂਸ ਠੀਕ ਹੈ ਤਾਂ ਵੀ ਕਿਸ ਇਜ਼ ਅ ਡਾਇਰੈਕਟਲੀ ਪ੍ਰੋਪੋਰਸ਼ਨ ਆਈ ਦੇ ਤਾਂ ਕੀ ਬਣ ਜੇਗਾ ਵੀ ਇਸ ਇਕੁਅਲ ਟੂ ਆਈ ਆਰ ਇਹ ਹੀ ਆਪਣੇ ਕੋਲੇ ਕੀ ਆ ਓਮਜ਼ ਲਾਅ ਆਪਾਂ ਜਿਹੜੀ ਮਾਈਕਰੋਸਕੋਪਿਕ ਫਾਰਮ ਕੀਤੀ ਸੀ ਓਮਜ਼ ਲਾਅ ਦੀ ਉਸ ਤੋਂ ਆਪਾਂ ਕੇ V IR ਨੂੰ ਪ੍ਰੂਫ ਕੀਤਾ। ਨੈਕਸਟ ਹੈਗਾ ਲੋ ਟੈਂਸ ਟੂ ਜੂਰ ਥਿਊਰੀ ਆਫ ਇਲੈਕਟ੍ਰਿਕ ਕੰਡਕਸ਼ਨ ਐਟੋਮਿਕ 뷰 ਆਫ ਓਮਜ਼ ਲਾਅ ਕਨਸੀਡਰ ਮੈਟੈਲਿਕ ਕੰਡਕਟਰ ਅਕ੍ਰੋਸ ਹੂਜ਼ ਐਂਡਸ ਆ ਪੋਟੈਂਸ਼ੀਅਲ ਡਿਫਰੈਂਸ b ਪੋਟੈਂਸ਼ੀਅਲ ਡਿਫਰੈਂਸ ਆਪਣੇ ਕੋਲ ਐਂਡਸ ਦੇ ਵਿੱਚ ਕਰ V ਆ ਕੰਡਕਟਰ ਦੀ ਜਿਹੜੀ ਲੈਂਥ ਆ ਉਸ ਨੂੰ ਆਪਾਂ ਡਿਨੋਟ ਕੀਤਾ L ਦੇ ਨਾਲ ਤਾਂ ਪੋਟੈਂਸ਼ੀਅਲ ਡਿਫਰੈਂਸ ਜਿੰਨਾ ਆਪਣੇ ਕੋਲ ਇਲੈਕਟ੍ਰਿਕ ਫੀਲਡ ਕ੍ਰੀਏਟ ਕਰ ਰਿਹਾ ਹੈ ਬਾਏ ਦਾ ਪੋਟੈਂਸ਼ੀਅਲ ਡਿਫਰੈਂਸ ਉਹ ਉਸਦੀ ਵੈਲਿਊ ਕਿੰਨੀ ਹੈ ਵੀ ਇਸ ਇਕੁਅਲ ਟੂ ਈ ਐਲ ਅਗਰ ਆਪਣੇ ਕੋਲੇ ਨੰਬਰ ਡेंसिटी ਹੈਗੀ ਹੈ ਫ੍ਰੀ ਇਲੈਕਟ੍ਰੋਨ ਦੀ ਮੈਟੈਲਿਕ ਕੰਡਕਟਰ ਦੇ ਵਿੱਚ ਉਸ ਨੂੰ ਆਪਾਂ ਐਨ ਲੈ ਕੇ ਚੱਲੀਏ ਹਰ ਇੱਕ ਜਿਹੜਾ ਇਲੈਕਟ੍ਰੋਨ ਹੈ ਉਸ ਦੇ ਉੱਪਰ ਚਾਰਜ ਕਿੰਨਾ ਹੈਗਾ ਆਪਣੇ ਕੋਲ ਈ ਹੈ ਤੇ ਇਲੈਕਟ੍ਰੋਨ ਦਾ ਮਾਸ ਕੀ ਹੈਗਾ ਐਮ ਠੀਕ ਹੈ ਅਗਰ ਕੀ ਹੈ ਕੋਈ ਵੀ ਪੋਟੈਂਸ਼ੀਅਲ ਡਿਫਰੈਂਸ ਨਹੀਂ ਹੈ ਦੈਨ ਜਿਹੜੇ ਫ੍ਰੀ ਇਲੈਕਟ੍ਰੋਨ ਹੈਗੇ ਇਨਸਾਈਡ ਦਾ ਕੰਡਕਟਰ ਕੰਡਕਟਰ ਉਹਨਾਂ ਦੀ ਜਿਹੜੀ ਮੋਸ਼ਨ ਹੋ ਕੀ ਹੈ ਰੈਂਡਮ ਮੋਸ਼ਨ ਹੈ ਰੈਂਡਮ ਵੈਲੋਸਿਟੀ ਹੈਗੀ ਹੈ ਜਿਹੜੀ ਇਲੈਕਟ੍ਰੋਨਸ ਦੀ ਉਹ ਕਿੰਨੇ ਆਰਡਰ ਤੱਕ ਹੋ ਸਕਦੀ ਹੈ 10 ਟੂ ਪਾਵਰ 5 ਮੀਟਰ ਪਰ ਸੈਕਿੰਡ ਜਦੋਂ ਉਹਨਾਂ ਦੀ ਮੋਸ਼ਨ ਰੈਂਡਮ ਹੈ ਦੈਨ ਉਹਨਾਂ ਦੇ ਵਿੱਚ ਕਾਰਕੂਲੀਜਨਾਂ ਵੀ ਹੋਣਗੀਆਂ ਜਿੰਨਾ ਕੀ ਹੈ ਟਾਈਮ ਲੱਗ ਰਿਹਾ ਹੈ ਦਾ ਐਵਰੇਜ ਟਾਈਮ ਬਿਟਵੀਨ ਟੂ ਕਲੀਜ਼ਨਸ ਉਸ ਨੂੰ ਆਪਾਂ ਕੀ ਕਹਾਂਗੇ ਮੀਨ ਫਰੀ ਪਾਥ ਤੇ ਜਿੰਨਾ ਐਵਰੇਜ ਡਿਸਟੈਂਸ ਹੈਗਾ ਬਿਟਵੀਨ ਟੂ ਕਲੀਜ਼ਨਸ ਉਸ ਨੂੰ ਆਪਾਂ ਕਹਾਂਗੇ ਮੀਨ ਫਰੀ ਪਾਥ ਠੀਕ ਹੈ ਹੁਣ ਆਪਣੇ ਕੋਲੇ ਰੈਂਡਮ ਵੈਲੋਸਿਟੀਆਂ ਆਫ ਇਲੈਕਟ੍ਰੋਨਸ ਪੋਜ਼ ਜਿਹੜੀ ਵੀ ਬੀ ਡੈਸ਼ ਜੇ ਵੈਕਟਰ ਵੈਲੋਸਿਟੀ ਹੈਗੀ ਹੈ ਜੇ ਉੱਥੇ ਇਲੈਕਟ੍ਰੋਨ ਦੀ ਆਫਟਰ ਆ ਪਰਟੀਕੂਲਰ ਕਲੀਜ਼ਨ ਜਦੋਂ ਆਪਣੇ ਕੋਲੇ ਕੋਈ ਵੀ ਕਲੀਜ਼ਨ ਹੋਇਆ ਉਸ ਦੀ ਵੈਲੋਸਿਟੀ ਇਹ ਵਾਲੀ ਹੈ कुलिजन तो पहला इलैक्ट्रिक फील्ड के अपने कोलोसटी की सी वी जे बैक्टर अगर आप आपकी एवरेज विलोसिटी कैलकुलेट करा जे जेत तो वाले इलेक्ट्रॉन की तो की बन जाएगा बी बैक्टर इज इक्स टू वन ओप एन समीशन जे इज़ इक्व टू वन टू एन वीजे बैक्टर प्लस वी जे बैक्टर नैक्सट हूँ अपने को ले, जड़ा लैके चले कुजन तो बादलोसिटी ओ विलोसिटी की है ਰੈਂਡਮ ਹੈ डिफरेंट ਇਲੈਕਟ੍ਰੋਨਸ ਦੀ ਜਿਹੜੀ ਵੈਲੋਸਿਟੀ ਰੈਂਡਮ ਹੋ ਸਕਦੀ ਹੈ ਇਹ ਵਾਲੀ ਟਰਮ ਨੂੰ ਆਪਾਂ ਜ਼ੀਰੋ ਕਰ ਦੇਣਾ ਹੈ ਤਾਂ V V ⃗ V vector 1 n j 2 j 1 to n summation bj vector ਦੇ ਹੁਣ ਇਹ ਡ੍ਰਿਫਟ ਵੈਲੋਸਿਟੀ ਹੈਗੀ ਇਲੈਕਟ੍ਰੋਨ ਦੀ ਅਗਰ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਦੇ ਨਾਲ ਜਿੰਨੀ ਫੋਰਸ ਲੱਗ ਰਹੀ ਹੈ ਇਲੈਕਟ੍ਰੋਨ ਤੇ ਉਸ ਦੀ ਵੈਲਿਊ ਕਿੰਨੀ ਹੈ F E E ਵੈਕਟਰ E ਇਲੈਕਟ੍ਰਿਕ ਫੀਲਡ স্মਲ E ਹੈਗਾ ਚਾਰਜ ਆਫ ਦਾ ਇਲੈਕਟ੍ਰੋਨ ਅਗਰ ਆਪਣੇ ਕੋਲੇ ਟਾਕ ਮੀਨ ਫਰੀ ਟਾਈਮ ਹੈ ਇਸ ਇਕੁਏਸ਼ਨ ਨਾਲ ਆਪਾਂ ਮਲਟੀਪਲਾਈ ਕਰਦੇ ਤਾਂ ਕੀ ਬਣ ਜਗਾ F ਵੈਕਟਰ ਟਾਕ E E ਵੈਕਟਰ ਟਾਕ ਅਗਰ ਆਪਣੇ ਕੋਲੇ U ਹੈਗੀ ਹੈ ਵੈਲੋਸਿਟੀ ਕਵਾਇਰਡ ਬਾਏ ਇਲੈਕਟ੍ਰੋਨ ਡਿਊਰਿੰਗ ਮੀਨ ਫਰੀ ਪਾਥ THEN एफ टॉक ना कि लिख सकते हैं जिन्ना अपने को मोमेंटम चेंज हो मतलब एम इंटू यू वैक्टर तो एम यू वैक्टर किसके को आ जाएगा ई ई टॉक दे टू यू देक्टर की वैल्यू आप कैलकुलेट करा दैट इज समॉल ई इन टू कैपिटल ई बैक्टर टॉक अपॉन एम अगर अपने कोट द एंड ऑफ द कलीजन विलोस रड्यूस टू जीरो कुलीजन तो बाद कुन एंड के उपर अपनी जी विलोसिटी है जीरो हो जाती है तो एवरेज बलोसिटी की बन जाएगी वी बैक्टर इज इक्स टू तो जीरो प्लस यू वैक्टर अपॉइन टू हूँ इसमें आप देखो रखा आवली टाइम देखो रखा ठीक है यू अपॉइन टू बन गया है यू दैली पट करा ई समॉल ई इन कैपीटल ई टॉक अपॉन एम इन टू हूँ जे ਕਰੰਟ ਡेंसिटी ਤੇ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ ਕੀ ਹੈ ਜ ਜ n e v ਵੈਕਟਰ ਆਪਣੇ ਕੋਲੇ ਕੀ ਹੈ ਇਸ ਦੇ ਵਿੱਚ ਆਪਾਂ v ਦੀ ਵੈਲੀ ਪੁੱਟ ਕਰ ਦਾਂਗੇ ਇਹ ਵਾਲੀ ਤਾਂ ਕੀ ਬਣ ਜਾਏਗਾ n e² e ਟॉर्क 2m ਇਹ ਵਾਲੀ ਵੈਲੀ ਬਣ ਗਈ ਹੁਣ j ਇਹਨੂੰ ਆਪਾਂ ਅਲੱਗ ਰੱਖ ਲੈਣਾ ਇਹ ਬ੍ਰੈਕਟ ਦੇ ਵਿੱਚ ਆ ਜਾਏਗਾ n e² ਟॉर्क 2m ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ sigma ਤਾਂ j ਕਿਸ ਦੇ ਕੁਲ ਹੈ sigma e ਦੇ